ਭੈਣ ਅਤੇ ਭਰਾ ਦੁੱਖਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਕਵੀ ਲਿਖਦਾ, ਅੱਜ ਕੱਲ ਆਪ ਦੇ ਜੰਮੇ ਨਾ ਸਾਂਭ ਹੁੰਦੇ, ਕੌਣ ਕਿਸੇ ਦੇ ਲਾਲ ਖੜਾਉਂਦਾ ਏ, ਬਿਨਾਂ ਮਾਪਿਆਂ ਵਿੱਚ ਇਹਦੀ ਨਰਕ ਜ਼ਿੰਦਗੀ, ਦੂਜਾ ਕੋਈ ਨਾ ਗੱਲ ਨਾਲ ਲਾਉਂਦਾ ਏ, ਵਾਰੇ ਵਾਰੇ ਜਾਈਏ ਉਸ ਪਰਮਾਤਮਾ ਤੋਂ ਜਿਹੜਾ ਵਸ ਵਿਗਾਨਿਆ ਪਾਉਂਦਾ ਏ। ਪਾਲ ਲਿਖੀ ਨੂੰ ਕੋਈ ਨਹੀਂ ਮੇੜ ਸਕਦਾ, ਜਦੋਂ ਵਕਤ ਬੰਦੇ 'ਤੇ ਮਾੜਾ ਆਉਂਦਾ ਏ, ਮੁਸੀਬਤ ਵਿੱਚ ਕੋਈ ਵੀ ਕਿਸੇ ਦਾ ਸਾਥ ਨਹੀਂ ਦਿੰਦਾ। ਸੋਚਾਂ ਦੇ ਸਮੁੰਦਰ ਵਿੱਚ ਡੁੱਬੀ ਹੋਈ ਭੈਣ ਮਨਦੀਪ ਕੌਰ ਗੋਤੇ ਖਾ ਰਹੀ ਹੈ, ਬਾਹਰ ਨਿਕਲਣ ਲਈ ਕੋਈ ਕਿਨਾਰਾ ਨਹੀਂ ਦਿਸ ਰਿਹਾ। ਮਾਤਾ ਪਿਤਾ ਦਾ ਸਿਰ ਤੋਂ ਸਾਇਆ ਉੱਡ ਗਿਆ। ਮਾਤਾ ਅਤੇ ਪਿਤਾ ਦਾ ਪਿਆਰ ਹੀ ਐਸਾ ਹੈ ਜੋ ਸੰਸਾਰ ਵਿੱਚ ਮੁੱਲ ਨਹੀਂ ਖਰੀਦਿਆ ਜਾਂਦਾ। ਬੱਚੇ ਮਾਵਾਂ ਮਰੀਆਂ ਤੋਂ ਗਲੀਆਂ ਰੋਂਦੇ ਫਿਰਨ ਵਿਚਾਰੇ, ਮਾਂ ਬਿਨਾਂ ਯਤੀਮਾਂ ਨੂੰ ਪਿੱਛੋਂ ਹਰ ਕੋਈ ਧੱਕੇ ਮਾਰੇ। ਯਤੀਮ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ, ਹੱਥਾਂ ਵਿੱਚੋਂ ਕਾਂ ਟੁੱਕ ਖੋਲਿਆ ਕਰਦੇ ਹਨ, ਗਲੀਆਂ ਦੇ ਕੱਖ ਵੀ ਸੱਪ ਬਣ ਕੇ ਡੰਗ ਮਾਰ ਜਾਇਆ ਕਰਦੇ ਹਨ, ਕੋਈ ਵੀ ਸਾਥ ਨਹੀਂ ਦਿੰਦਾ। ਯਤੀਮ ਦੀ ਜ਼ਿੰਦਗੀ ਬਾਰੇ ਪਾਲ ਨੇ ਇਉਂ ਲਿਖਿਆ।